ਕੀ ਹਾਲਾ ਬਈ ਯਾਰੋ ਮਿੱਤਰੋ ਮੌਸਮ ਅੱਜ ਬਹੁਤ ਜ਼ਿਆਦਾ ਠੰਡਾ ਹੈਗਾ ਅਤੇ ਸੋਚਿਆ ਦੂਜੇ ਖੇਤ ਵੀ ਗੇੜਾ ਮਾਰੀ ਆ ਗਿਆ ਇੱਧਰ ਦਿਖਾਓ ਯਾਰੀ ਇਹ ਤਕਰੀਬਨ 25 ਕੁ ਦਿਨਾਂ ਦੀ ਹੋਣੀ ਹਿਸਾਬ ਨਾਲ ਹਾਂ 25 ਕੁ ਦਿਨਾਂ ਦੀ ਆ ਹੈ ਨਾ ਇੱਧਰ ਆਪਣੀ ਮੱਕੀ ਆ ਚਾਰ ਵਾਲੀ ਅਤੇ ਮੱਕੀ ਵੀ ਹੁਣ ਜਿਹੜੇ ਮੀਂਹ ਪੈ ਗਏ ਨਾ ਬਾਈ ਗੱਲ ਹੀ ਬਣ ਗਈ ਮੱਕੀ ਜੇ ਇੱਕ ਮੀਂਹ ਪੈ ਗਿਆ ਇੱਕ ਬੋਰੀ ਜਿੰਨਾ ਕੰਮ ਕਰਦੀ ਜ਼ੋਰ ਕੇ ਜਿੰਨਾ ਬੱਦਲ ਦਿਖਾਉਣਾ ਮੀਂਹ ਆਉਣ ਵਾਲੀ ਆ ਤਕਰੀਬਨ ਸਾਨੂੰ ਬਾਈ ਇੱਕ ਵਿਚਾਰ ਦਿਓ ਤੁਸੀਂ ਵੀ ਆਪਾਂ ਯਾਰ ਪਨੀਰ ਹੀ ਬੀਜਣੀ ਆ 1509 ਦੀ ਬਈ ਉਹਦੇ ਹਜੇ 20-22 ਨੂੰ ਸਹੀ ਮੰਨ ਕੇ ਚੱਲੋ ਵੀ ਸਹੀ ਟਾਈਮ ਤੋਂ ਉਹਦਾ 15-20 ਤੋਂ 22 ਜੂਨ ਆ ਹੈ ਨਾ ਉਹਦੇ ਵਿੱਚ ਵਿੱਚ ਜੇ ਆਪਾਂ ਬੀਜੀਏ ਤਾਂ ਉਸ ਦਿਨ ਵੀ ਉਹਦਾ ਝਾੜਾ ਜਿਹੜਾ ਵੱਧ ਹੁੰਦਾ ਹੈਗਾ ਤਾਂ ਕੱਲ੍ਹ ਜਿਹੜਾ ਆਪਣਾ ਥਾਂ ਰੱਖਿਆ ਵਾ ਇੱਧਰ ਥੋੜ੍ਹਾ ਜਿਹਾ ਥਾਂ ਹੈਗਾ ਇਹ ਅਸੀਂ ਗੁੱਡ ਜੇ ਦਿੱਤਾ ਸੀਗਾ ਕਿਉਂਕਿ ਪੱਠੇ ਹੋ ਗਏ ਸੀਗੇ ਨਾਲ ਪਾਣੀ ਯਾਰ ਮੱਕੀ ਜੋ ਪੈ ਜਾਂਦਾ ਹੈਗਾ ਮੱਲੋ ਮੱਲੀ ਮੱਕੀ ਨੂੰ ਪਾਣੀ ਲਾਉਣਾ ਪੈਂਦਾ ਬਾਹਲਾ ਕੱਲ੍ਹ ਅਸੀਂ ਗੁੱਡ ਜੇ ਦਿੱਤਾ ਅਤੇ ਹੁਣ ਲੱਗਦਾ ਰੱਬ ਨੇ ਪਾਣੀ ਫੇਰ ਪਾ ਦੇਣਾ ਚਲੋ ਕੋਈ ਨਾ ਮੀਂਹ ਆਉਣਾ ਚਾਹੀਦਾ ਆਪਣਾ ਕਿਉਂਕਿ ਜੇ ਮੀਂਹ ਆਊਗਾ ਤਾਂ ਨਿਲਦਾ ਬਾਈ ਆਪਾਂ ਨੂੰ ਧਰਤੀ ਹੇਠਲਾ ਪਾਣੀ ਵੀ ਬਚੂਗਾ ਅਤੇ ਮੌਸਮ ਵੀ ਠੰਡਾ ਹੋਊਗਾ ਅਤੇ ਆਪਾਂ ਇੱਧਰ ਦਿਖਾ 20 ਤੋਂ 22 ਜੂਨ ਦੇ ਵਿੱਚ ਵਿੱਚ ਆਪਾਂ ਇਹ ਪਨੀਰੀ ਆ ਜਿਹੜੀ ਬੀਜਣੀ ਆ ਅਤੇ ਆ ਡੋਗਰ 'ਚ ਵੇਖੋ ਇੱਕ ਵੀ ਪੱਠਾ ਨਹੀਂ ਹੈਗਾ ਬਾਈ ਇੰਨੀ ਤਕੜੀ ਸਪਰੇ ਕਰੀ ਹੈ ਅਤੇ ਚੜ੍ਹਦੀ ਤੁਰੀ ਆਉਂਦੀ ਆ ਚੜ੍ਹਦੀ ਇੱਕ ਡਾਈ ਦੀ ਵੀ ਸਪਰੇ ਕੀਤੀ ਸੀਗੀ ਇਹਦੇ 'ਤੇ ਆਹ ਦੇਖੋ ਪਰਸੋਂ ਸਪਰੇ ਕਰੀ ਸੀ ਬਾਈ ਪੱਠਿਆਂ ਵਾਲੀ ਵੈਚੀ ਵਾ ਦੇ ਜਮਾਂ ਫਿਰ ਆ ਗਾ ਅਤੇ ਆਹ ਮੱਕੀ ਵੀ ਆਪਣੀ ਜ਼ਰੂਰ ਦਿਖਾਓ ਅਤੇ ਪਹਿਲੇ ਪਾਸੇ ਮੂੰਗੀ ਮੂੰਗੀ ਨੂੰ ਬਾਈ ਯਾਰ ਬਿਮਾਰੀ ਪੈ ਗਈ ਉਹਦੇ ਬਾਰੇ ਵੀ ਤੁਸੀਂ ਸਾਨੂੰ ਦੱਸੋ ਵੀ ਕੀ ਕਰਿਆ ਜਾਵੇ ਤੁਹਾਨੂੰ ਮੂੰਗੀ ਵੀ ਦਿਖਾਈ ਦਿੰਦੇ ਹਾਂ ਫਲ ਤਾਂ ਲੱਗਿਆ ਵਾ ਬਹੁਤ ਯਾਰ ਪੱਤੇ ਮੈਂ ਨੀ ਪੀਲੀ ਕਰ ਗਈ ਪਤਾ ਨਹੀਂ ਕੀ ਪ੍ਰੋਬਲਮ ਆ ਸਮਝੋ ਬਾਹਰ ਹੋਈ ਪਿਆ ਸਪਰੇਹਾਂ ਵੀ ਕਰਤੀਆਂ ਪਹਿਲਾਂ ਵੀ ਸੁੰਡੀ ਦਾ ਹਮਲਾ ਹੋ ਗਿਆ ਸੀ ਮੱਕੀ ਦਾ ਆਪਣੀ ਛਿੱਟੇ ਕੱਢੇ ਹੈ ਨਾ ਓਏ ਹੁਣ ਛੱਲੀਆਂ ਲੱਗਿਆ ਹੁਣ ਮੈਨੂੰ ਚੜ੍ਹਦੀ ਤੁਰੇ ਆਹ ਪੁਰਾਣੀਆਂ ਬੱਲਾਂ ਚਿੱਬਣਾਂ ਵੀਆਂ ਦੇਖੋ ਪਿਛਲੇ ਸਾਲ ਵੀ ਇੱਥੇ ਬੱਲ ਹੋਈ ਸੀ ਐਤਕੀ ਫੇਰ ਹੋ ਗਈ ਉਹ ਦੱਸਦੇ ਬਾਈ ਦੇਖੋ ਕੋਈ ਬੀ ਬੂ ਨਹੀਂ ਲਾਇਆ ਆਪੇ ਉਸੇ ਥਾਂ ਆਏ ਸਾਲ ਉੱਧਰ ਆਉਂਦੀ ਹੈ ਚਰੀ ਵੀ ਇੱਧਰੋਂ ਬਹੁਤ ਚੜ੍ਹਦੀ ਤੁਰੇ ਹੁੰਦੀ ਆ ਆਹ ਚਰੀ ਬਾਈ ਇੱਕ ਤੁਹਾਨੂੰ ਇਹ ਵੀ ਫਰਕ ਦੱਸਦੇ ਆਹ ਚਰੀ ਬੀਜੀ ਆਪਾਂ ਮਸ਼ੀਨ ਨਾਲ ਠੀਕ ਆ ਆਹ ਚਰੀ ਬੀਜੀ ਸੀ ਰੂਟਾਵੇਟਰ ਨਾਲ ਇਹਦਾ ਫਰਕ ਦੇਖ ਲਓ ਇਹਨੇ ਕੱਦ ਕਾਠ ਹੀ ਨਹੀਂ ਕਰਿਆ ਇਹ 2 ਦਿਨ ਪਹਿਲਾਂ ਦੀ ਬੀਜੀ ਵੀ ਨਾਲੇ ਇਹਦਾ ਇੰਨਾ ਕੋਈ ਕੱਦ ਕਾਠ ਜਾਂ ਨਹੀਂ ਟਾਵਾਂ ਟਾਵਾਂ ਜਾਂ ਪਤਲੇ ਪਤਲੇ ਜੇ ਕਰਨੇ ਆ ਅਤੇ ਉੱਧਰ ਵੇਖੋ ਕਿੰਨੇ ਭਾਰੀ ਆਹ ਮੂੰਗੀ ਦਿਖਾਉਣਾ ਤੁਹਾਨੂੰ ਆਹ ਬਾਈ ਮੂੰਗੀ ਆ ਯਾਰ ਪਰ ਮੂੰਗੀ ਨੂੰ ਨਾ ਬਿਮਾਰੀ ਪੈਗੀ ਲੱਗਦੀ ਆ ਪੱਤੇ ਬਹੁਤ ਪੀਲੇ ਹੋ ਗਏ ਸਮਝੋ ਬਾਹਰ ਹੋਈ ਪਈ ਆ ਗੱਲ ਅੱਜ ਆਉਣਾ ਡਾਕਟਰਾਂ ਨੇ ਦੇਖੀ ਆਹ ਸੀ ਇਹ ਯਾਰ ਫਲੀਆਂ ਜਿਹੜੀਆਂ ਪੀਲੀਆਂ ਹੋਣ ਦਾਣੇ ਤਾਂ ਇਹਨਾਂ 'ਚ ਮੰਨ ਕੇ ਚੱਲ ਹੈਗੇ ਆ ਪਰ ਉਹਨਾਂ ਤੱਤ ਜਿਹੇ ਵਾਲੇ ਹੈ ਨਹੀਂ ਜਿਵੇਂ ਆਹ ਹੈਗਾ ਆਹ ਬੂਝਾ ਹੈਗਾ ਫਲੀਆਂ ਸੁੱਕ ਗਈਆਂ ਬਾਈ ਯਾਰ ਉੱਧਰ ਵੀ ਆਪਣੀ ਮੂੰਗੀ ਬੀਜੀ ਵੀ ਆ ਸੋ ਤੁਸੀਂ ਖੇਤੀਬਾੜੀ ਬਾਰੇ ਹੋਰ ਜਾਣਕਾਰੀ ਲੈਣ ਲਈ ਆਪਣੇ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਤੁਹਾਡੀ ਸਪੋਰਟ ਦੀ ਸਾਨੂੰ ਫੁੱਲ ਲੋੜ ਆ ਕਿਉਂਕਿ ਜੇ ਵੀਰੇ ਆਪਾਂ ਸ਼ੇਅਰ ਅਤੇ ਸਬਸਕ੍ਰਾਈਬ ਕਰਾਂਗੇ ਤਾਂ ਕੋਈ ਨਾ ਕੋਈ 100 ਚੋਂ 1 ਗੱਲ ਦਾ ਕੰਮ ਦੀ ਹੁੰਦੂ ਹੀ ਆ ਨਾ ਤਾਂ ਮੇਰੇ ਵੀਰ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਆ ਉਹ ਜ਼ਰੂਰ ਇਸ ਚੈਨਲ ਨੂੰ ਸ਼ੇਅਰ ਅਤੇ ਸਬਸਕ੍ਰਾਈਬ ਕਰਨ ਤਾਂ ਜੋ ਤੁਹਾਨੂੰ ਡੇਲੀ ਨਵੀਂ ਇਨਫੋਰਮੇਸ਼ਨ ਬਾਰੇ ਪਤਾ ਲੱਗ ਸਕੇ ਧੰਨਵਾਦ